ਸਰਕਾਰੀ ਵਿਭਾਗ ਦੇ ਕਰਮਚਾਰੀਆਂ ਵੱਲੋਂ CPF ਕਰਮਚਾਰੀ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ ਲਈ ਗੁਰਦਾਸਪੁਰ ਦੇ ਜਹਾਜ਼ ਚੌਂਕ ਵਿਖੇ ਧਰਨਾ ਪ੍ਰਦਰਸ਼ਨ ਕਰਕੇ ਇੱਕ ਦਿਨ ਦੀ ਭੁੱਖ ਹੜਤਾਲ ਕੀਤੀ ਗਈ। ਕਰਮਚਾਰੀਆਂ ਵੱਲੋਂ ਪੰਜਾਬ ਦੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਅਤੇ ਕਿ ਉਹਨਾਂ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਪੰਜਾਬ ਸਰਕਾਰ ਦੇ ਪੁਤਲੇ ਫੂਕਣਗੇ ਅਤੇ 26 ਨਵੰਬਰ ਨੂੰ ਦਿੱਲੀ ਵਿੱਚ ਸੰਸਦ ਦਾ ਘਿਰਾਓ ਵੀ ਕਰਨਗੇ। ਇਸ ਮੌਕੇ ਗੁਰਦਾਸਪੁਰ ਜ਼ਿਲ੍ਹੇ ਦੇ ਵਿਧਾਇਕ ਵਰਿੰਦਰਮੀਤ ਸਿੰਘ ਪਾਹੜਾ ਵੱਲੋਂ ਉਹਨਾਂ ਦੇ ਪਿਤਾ ਗੁਰਮੀਤ ਸਿੰਘ ਪਾਹੜਾ ਕਰਮਚਾਰੀਆਂ ਨੂੰ ਮਿਲੇ ਅਤੇ ਉਹਨਾਂ ਵਿਸ਼ਵਾਸ ਦਿਵਾਇਆ ਕਿ ਉਹ ਉਹਨਾਂ ਦਾ ਮੰਗ ਪੱਤਰ ਸੁਨੀਲ ਜਾਖੜ ਤੱਕ ਪਹੁੰਚਾਉਣਗੇ। ਗੁਰਦਾਸਪੁਰ ਤੋਂ ਲਾਈਵ ਪੰਜਾਬ ਨਿਊਜ਼ ਦੀ ਵਿਸ਼ੇਸ਼ ਰਿਪੋਰਟ। ਇਹ ਜਿਹੜਾ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਇਹ ਸਾਡੀ ਚੇਤਾਵਨੀ ਰੈਲੀ ਹੈ। ਇੱਕ ਇਹ ਆਪਾਂ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਆਪਣਾ ਸਾਰਾ ਅੱਜ ਦਾ ਰੋਸ ਪ੍ਰਦਰਸ਼ਨ ਕੀਤਾ। ਇਹ ਪੂਰੇ ਇੰਡੀਆ ਲੈਵਲ ਦੇ ਉੱਤੇ ਐਕਸ਼ਨ ਕੀਤਾ ਜਾ ਰਿਹਾ। MPs ਦੇ ਘਰਾਂ ਦੇ ਬਾਹਰ ਇੱਕ ਦਿਨ ਦੀ ਭੁੱਖ ਹੜਤਾਲ ਕੀਤੀ ਜਾ ਰਹੀ ਹੈ, ਪਰ ਸਾਡੇ ਵਾਸਤੇ ਸਾਡਾ ਜ਼ਿਲ੍ਹਾ ਗੁਰਦਾਸਪੁਰ ਅਤੇ ਜ਼ਿਲ੍ਹਾ ਪਠਾਨਕੋਟ ਉਹਨਾਂ ਦਾ MP ਸ਼੍ਰੀ ਸੁਨੀਲ ਜਾਖੜ ਜੀ ਨੇ, ਪਰ ਸਾਡੀ ਵੇਖੋ ਕੈਸੇ ਸਾਡੇ ਹਾਲਾਤ ਹੈ ਕਿ ਸਾਡੇ ਜ਼ਿਲ੍ਹੇ ਦਾ MP ਹੋਣ ਦੇ ਬਾਵਜੂਦ ਵੀ ਇਹ ਗੁਰਦਾਸਪੁਰ ਦੇ ਵਿੱਚ ਨਾ ਤਾਂ ਉਹਨਾਂ ਦਾ ਘਰ ਹੈ ਅਤੇ ਨਾ ਹੀ ਉਹਨਾਂ ਦਾ ਕੋਈ ਆਫਿਸ ਹੈ ਜਿੱਥੇ ਜਾ ਕੇ ਆਪਾਂ ਬਾਕੀ ਪੂਰੇ ਦੇਸ਼ ਦੀ ਤਰ੍ਹਾਂ ਪੂਰੇ ਹਿੰਦੁਸਤਾਨ ਦੀ ਤਰ੍ਹਾਂ ਆਪਾਂ ਸੇਮ ਐਕਸ਼ਨ ਕਰ ਸਕੀਏ। ਇਹ ਮਜਬੂਰੀ ਕਾਰਨ ਸਾਨੂੰ ਇੱਕ ਨਾ ਹੁੰਦੇ ਹੋਏ ਲਵਾਰਸਾਂ ਵਾਂਗਰ ਸਾਨੂੰ ਇੱਥੇ ਬਹਿਣਾ ਪੈ ਰਿਹਾ। ਮੰਗਾਂ ਨਹੀਂ ਮੰਨਦੇ 26 ਨਵੰਬਰ ਨੂੰ ਪੂਰੇ ਹਿੰਦੁਸਤਾਨ ਵੱਲੋਂ ਦਿੱਲੀ ਦੇ ਵਿੱਚ ਸੰਸਦ ਦਾ ਘਿਰਾਓ ਕੀਤਾ ਜਾਵੇਗਾ। ਇਹੀ ਸਾਡੀ ਅਗਲੀ ਹੋਏਗੀ। ਜੇਕਰ ਇੱਥੇ ਅੱਜ ਦੇ ਦਿਨ ਸੁਨੀਲ ਜਾਖੜ ਜੀ ਸਾਡਾ ਮੰਗ ਪੱਤਰ ਨਹੀਂ ਲੈਣ ਆਉਂਦੇ ਤਾਂ ਫਿਰ ਆਪਾਂ 4 ਵਜੇ ਇੱਥੇ ਉਹਨਾਂ ਦਾ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਜਾਏਗਾ। ਇਹ ਪੋਸਟਰ ਸਾਨੂੰ ਲਗਵਾਉਣ ਦੀ ਨੌਬਤ ਇਸ ਕਰਕੇ ਪਈ ਹੈ ਕਿਉਂਕਿ ਅਸੀਂ ਪਿਛਲੇ 1 ਮਹੀਨੇ ਤੋਂ ਅਖਬਾਰਾਂ ਦੇ ਵਿੱਚ ਵਾਰ ਵਾਰ ਇਹੋ ਹੀ ਨਿਊਜ਼ ਲਗਵਾ ਰਹੇ ਹਾਂ ਕਿ ਸਾਡੀ 28 ਤਰੀਕ ਨੂੰ ਡਿਸਟ੍ਰਿਕਟ ਗੁਰਦਾਸਪੁਰ ਔਰ ਪਠਾਨਕੋਟ ਦੀ ਜਿਹੜੀ ਉਹ ਸਾਂਝੀ ਐਕਸ਼ਨ ਕਮੇਟੀ ਦੇ ਅਗੋਇਟ ਆਪਣੀ ਜਿਹੜੀ ਹੈਜੀਟੇਸ਼ਨ ਕੀਤੀ ਜਾਵੇਗੀ, ਜਿਹਦੇ ਲਈ ਸਾਡਾ ਇੱਕ ਮੰਗ ਪੱਤਰ ਹੈ ਜਿਹੜਾ 2004 ਤੋਂ ਬਾਅਦ ਸਾਡੇ ਮੁਲਾਜ਼ਮ ਭਰਤੀ ਹੋਏ ਨੇ ਉਹਨਾਂ ਨੂੰ ਪੈਨਸ਼ਨ ਨਹੀਂ ਹੈ। ਉਸ ਪੈਨਸ਼ਨ ਨੂੰ ਲਾਗੂ ਕਰਵਾਉਣ ਲਈ ਅਸੀਂ ਇਹ ਆਪਣਾ ਮੰਗ ਪੱਤਰ ਸ਼੍ਰੀ ਸੁਨੀਲ ਜਾਖੜ ਜੀ ਜੋ ਸਾਡੇ MP ਨੇ ਜ਼ਿਲ੍ਹਾ ਗੁਰਦਾਸਪੁਰ ਔਰ ਪਠਾਨਕੋਟ ਦੇ ਉਹਨਾਂ ਨੂੰ ਅਸੀਂ ਇਹ ਮੰਗ ਪੱਤਰ ਦੇਣਾ ਸੀਗਾ, ਬਟ ਅੱਜ ਤੱਕ ਕੋਈ ਵੀ ਇਸ ਚੀਜ਼ ਦਾ ਕੋਈ ਇੰਟੀਮੇਸ਼ਨ ਨਹੀਂ ਹੈ ਕਿ ਜਾਖੜ ਸਾਹਿਬ ਕਿੱਥੇ ਨੇ। ਲਾਪਤਾ ਸਾਨੂੰ ਇਸੇ ਕਰਕੇ ਲਗਵਾਉਣਾ ਪਿਆ ਕਿਉਂਕਿ ਸਾਨੂੰ ਕੋਈ ਪੁੱਛਣ ਹੀ ਨਹੀਂ ਆਇਆ ਅਜੇ ਤੱਕ। ਅਸੀਂ ਆਪਣਾ ਸੰਘਰਸ਼ ਹੋਰ ਤੇਜ਼ ਕਰਨ ਜਾ ਰਹੇ ਹਾਂ ਕਿ ਅਸੀਂ 1 ਤੋਂ 2 ਘੰਟੇ ਦਾ ਟਾਈਮ ਹੋਰ ਦੇਵਾਂਗੇ, ਈਵਨ ਦੈਨ ਕਿ 4 ਵਜੇ ਤੱਕ ਜੇ ਸਾਡੇ ਕੋਲ ਕੋਈ ਮੰਗ ਪੱਤਰ ਹੈ ਨਹੀਂ ਆਉਂਦਾ ਤਾਂ ਜਿਵੇਂ ਸਾਡੇ ਪ੍ਰਧਾਨ ਜੀ ਨੀਤ ਸਾਗਰ ਜੀ ਉਹਨਾਂ ਨੇ ਕਿਹਾ ਕਿ ਅਸੀਂ ਪ੍ਰੋਟੈਸਟ ਤੇਜ਼ ਕਰਨ ਜਾ ਰਹੇ ਹਾਂ, ਸੋ ਉਹਦੇ ਉੱਤੇ ਆਪਾਂ ਅਮਲ ਕਰਾਂਗੇ। ਪ੍ਰੋਟੈਸਟ ਇਹੀ ਹੈ ਕਿ ਜਿਵੇਂ ਸਾਡੇ ਪੁਰਾਣੇ ਸਾਥੀਆਂ ਨੂੰ ਪੁਰਾਣੀ ਪੈਨਸ਼ਨ ਮਿਲ ਰਹੀ ਹੈ, ਸੇਮ ਇਵੇਂ ਹੀ ਜਿਹੜੇ ਇਹ ਹੁਣ ਦੇ ਨਵੇਂ ਕਰਮਚਾਰੀ 2004 ਤੋਂ ਬਾਅਦ ਵਾਲੇ ਨੇ ਉਹਨਾਂ ਨੂੰ ਵੀ ਪੁਰਾਣੀ ਪੈਨਸ਼ਨ ਮਿਲਣੀ ਚਾਹੀਦੀ ਹੈ ਕਿਉਂਕਿ ਇਹ ਇੱਕ ਸਾਡੇ ਮੁਲਾਜ਼ਮਾਂ ਦਾ ਭਵਿੱਖ ਹੈ। ਔਰ ਇਸੇ ਦੇ ਨਾਲ ਹੀ ਅਸੀਂ ਸਰਵਿਸ ਦਾ ਜਿਹੜਾ ਕੀਮਤੀ ਸਮਾਂ ਉਹ ਸਰਕਾਰ ਨੂੰ ਦੇ ਦਿੰਦੇ ਹਾਂ, ਅਤੇ ਜਦੋਂ ਸਾਡਾ ਬੁਢਾਪਾ ਹੋਵੇਗਾ ਤਾਂ ਫਿਰ ਸਾਨੂੰ ਕੌਣ ਸੰਭਾਲੇਗਾ, ਸਾਡੇ ਕੋਲ ਪੈਨਸ਼ਨ ਹੀ ਨਹੀਂ ਹੋਵੇਗੀ। ਇਸ ਕਰਕੇ ਸਾਡੀ ਇਸ ਮੁਲਾਜ਼ਮ ਜਥੇਬੰਦੀ ਦੀ ਇੱਕੋ ਇੱਕ ਮੰਗ ਹੈ ਕਿ ਸਾਨੂੰ ਪੁਰਾਣੀ ਪੈਨਸ਼ਨ ਦੇ ਪੈਟਰਨ 'ਤੇ ਸਾਨੂੰ ਪੁਰਾਣੀ ਪੈਨਸ਼ਨ ਸਾਡੀ ਬਹਾਲ ਕੀਤੀ ਜਾਵੇ। ਮੋਢਾ ਲਾ ਕੇ ਚੱਲਾਂਗੇ ਕਿਉਂਕਿ ਸਾਨੂੰ ਤੁਹਾਡੀ ਲੋੜ ਆ। ਤੁਸੀਂ ਸਾਡੇ ਕਹਿਣ 'ਤੇ ਪਿਛਲੀ ਵਾਰੀ ਵੋਟਾਂ ਪਾਈਆਂ, ਗਾਂ ਵੀ ਤੁਹਾਡੇ ਕੋਲ ਲੈਣੀ ਆ, 19 ਦੀ ਇਲੈਕਸ਼ਨ ਸਿਰ 'ਤੇ ਆ, ਅਤੇ ਜੇ ਅਸੀਂ ਕੰਮ ਕਰਾਵਾਂਗੇ ਤਾਂ ਫਿਰ ਹੀ ਵੋਟਾਂ ਲਵਾਂਗੇ। ਅਸੀਂ ਹਰ ਹਿੱਲਾ ਕਰਕੇ ਜੋ ਤੁਹਾਡੀ ਗੱਲਬਾਤ ਕਰਕੇ ਦਾ ਕੋਈ ਨਾ ਕੋਈ ਮਸਲਾ ਹੱਲ ਕਰਾਵਾਂਗੇ। ਇਹ ਸਾਰੇ ਤੁਹਾਡੇ ਨਾਲ ਵਾਅਦਾ ਕਰਦੇ ਹਾਂ। ਇਹ ਜਿਹੜਾ ਤੁਹਾਡਾ ਮੰਗ ਪੱਤਰ ਆ, ਇਹ ਆਪਣੇ ਸੁਨੀਲ ਜਾਖੜ ਜੀ MP ਜਿਹੜੇ ਸਾਡੇ ਨੇ ਇੱਥੇ ਪਾਰਲੀਮੈਂਟ ਦੇ, ਉਹਨਾਂ ਨੂੰ ਅਸੀਂ ਦੇ ਕੇ ਇਹ ਸਾਰੀ ਤੁਹਾਡੀ ਗੱਲ ਜਿਹੜੀ ਆ ਸਿਰੇ ਚੜਾਂਗੇ। ਇਹਨਾਂ ਕੋਲ ਕਹਿੰਦਾ ਫਤਿਹ ਬੁਲਾਉਂਦਾ। ਵਾਹਿਗੁਰੂ ਜੀ ਕਾ ਖਾਲਸਾ।